ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਭੁਪਿੰਦਰ ਸਿੰਘ ਸਿੰਧ, ਇੰਟਰਨੈਸ਼ਨਲ ਟਰਮੀਨਲ ਕੋਚ ਜਲੰਧਰ। ਸੋ ਅੱਜ ਇੱਕ ਮਨ ਦੇ ਵਿੱਚ ਇੱਕ ਫੁਰਨਾ ਫੁਰਿਆ ਕਿ ਜਿਹੜੇ ਵੀ ਸੋਚਦੇ ਆ ਕਿ ਸਾਡੇ ਕੇਸ ਕੱਟੇ ਹੋਏ ਆ ਅਤੇ ਸਾਨੂੰ ਪਤਾ ਨਹੀਂ ਪੱਗ ਜਿਹੜੀ ਆ ਸਿਰ 'ਤੇ ਬੰਨਾਂਗੇ ਅਤੇ ਜਚੇਗੀ ਕਿ ਨਹੀਂ। ਸੋ ਉਹਨਾਂ ਵੀਰਾਂ ਲਈ ਇੱਕ ਵੀਡੀਓ ਲੈ ਕੇ ਆ ਰਹੇ ਹਾਂ ਜੀ, ਇਹ ਤੁਸੀਂ ਦੇਖ ਸਕਦੇ ਹੋ। ਡੰਮੀ 'ਤੇ ਡੰਮੀ 'ਤੇ ਆਪਾਂ ਬੰਨਾਂਗੇ ਪੱਗ, ਅਤੇ ਤੁਸੀਂ ਦੇਖਣੀ ਹੈ ਅਤੇ ਨਾਲੇ ਦੱਸਣਾ ਕਿ ਕਿੰਨੀ ਕੁ ਸੋਹਣੀ ਲੱਗਦੀ ਆ। ਸੋ ਉਹਨਾਂ ਵੀਰਾਂ ਦੇ ਜਿਹੜਾ ਦਿਮਾਗ ਦੇ ਵਿੱਚ ਇੱਕ ਗੱਲ ਫਸੀ ਹੋਈ ਹੈ ਕਿ ਸ਼ਾਇਦ ਪਤਾ ਨਹੀਂ ਅਸੀਂ ਪੱਗ ਬੰਨ ਕੇ ਸੋਹਣੇ ਲੱਗਾਂਗੇ ਕਿ ਨਹੀਂ। ਸੋ ਪੱਗ ਬੰਨਣ ਤੋਂ ਬਾਅਦ ਇਸ ਡੰਮੀ ਦਾ ਜੇ ਚਿਹਰੇ ਦਾ ਤੁਸੀਂ ਆਪ ਹਿਸਾਬ ਲਾ ਕੇ ਦੇਖਣਾ ਕਿ ਰੂਪ ਹੀ ਜਿਹੜਾ ਵੱਖਰਾ ਹੋ ਜਾਣਾ, ਅਤੇ ਜੇ ਡੰਮੀ ਦਾ ਰੂਪ ਦੇ ਵਿੱਚ ਨਿਖਾਰ ਆ ਸਕਦਾ ਤਾਂ ਫਿਰ ਉਹ ਨੌਜਵਾਨ ਜਿਹੜੇ ਸੋਚਦੇ ਆ ਕਿ ਪਤਾ ਨਹੀਂ ਸਾਡੇ ਚਿਹਰੇ 'ਤੇ ਪੱਗ ਸਜੇਗੀ ਕਿ ਨਹੀਂ, ਉਹਨਾਂ ਦੇ ਚਿਹਰਿਆਂ 'ਤੇ ਕਿਉਂ ਨਹੀਂ ਨਿਖਾਰ ਆ ਸਕਦਾ। ਸੋ ਉਹਨਾਂ ਵੀਰਾਂ ਲਈ ਵੀਡੀਓ ਹੈ ਜੀ, ਤੁਸੀਂ ਆਪ ਦੇਖ ਕੇ ਦੱਸਣਾ। ਅਸੀਂ ਚਾਹੁੰਦੇ ਹਾਂ ਕਿ ਵੱਧ ਤੋਂ ਵੱਧ ਨੌਜਵਾਨ ਵੀਰਾਂ ਨੂੰ ਦਸਤਾਰ ਦੇ ਨਾਲ ਜੋੜਿਆ ਜਾ ਸਕੇ, ਕੇਸਾਂ ਦੇ ਨਾਲ ਜੋੜਿਆ ਜਾ ਸਕੇ। ਸੋ ਜਿਹੜੇ ਵੀਰ ਕੇਸ ਕਟਾਉਂਦੇ ਆ ਉਹਨਾਂ ਵੀਰਾਂ ਨੂੰ ਬੇਨਤੀ ਹੈ ਕਿ ਹੌਲੀ ਹੌਲੀ ਤੁਸੀਂ ਦਸਤਾਰ ਦੇ ਨਾਲ ਜੁੜੋ, ਅਤੇ ਜਦੋਂ ਦਸਤਾਰ ਦੇ ਨਾਲ ਜੁੜ ਗਏ ਤਾਂ ਤੁਸੀਂ ਕੇਸਾਂ ਦੇ ਨਾਲ ਵੀ ਹੌਲੀ ਹੌਲੀ ਆਪਣੇ ਆਪ ਹੀ ਜੁੜ ਜਾਣਾ। ਸੋ ਪਟਿਆਲਾ ਸ਼ਾਹੀ ਪੱਗ ਬੰਨਣ ਨੂੰ ਤਾਂ ਇਸ ਤੋਂ ਵੀ ਜ਼ਿਆਦਾ ਸਪੀਡ ਦੇ ਵਿੱਚ ਪੱਗ ਬੰਨ ਸਕਦੇ ਹਾਂ ਜੀ, ਪਰ ਕਈ ਵਾਰ ਕੁਛ ਵੀਰਾਂ ਨੂੰ ਇੱਦਾਂ ਵੀ ਬਹੁਤ ਕੁਛ ਸਿੱਖਣ ਨੂੰ ਮਿਲਦਾ ਆ। ਸੋ ਅਸੀਂ ਚਾਹੁੰਦੇ ਹਾਂ ਕਿ ਜੇ ਇਸ ਵੀਡੀਓ ਨੂੰ ਇੱਦਾਂ ਹੀ ਦੇਖ ਕੇ ਕੋਈ ਵੀਰ ਸਿੱਖ ਸਕਦਾ ਤਾਂ ਉਹਨਾਂ ਦੀ ਆਪਣੀ ਕਾਬਲੀਅਤ ਆ। ਸਾਡਾ ਮੁੱਖ ਟੀਚਾ ਨੌਜਵਾਨਾਂ ਨੂੰ ਦਸਤਾਰ ਦੇ ਨਾਲ ਜੋੜਨ ਦਾ ਜੀ। ਜਿਵੇਂ ਕਿ ਤੁਹਾਨੂੰ ਪਤਾ ਆ, ਦਾਸ ਵੱਲੋਂ ਸਮੇਂ ਸਮੇਂ 'ਤੇ ਦਸਤਾਰ ਨੂੰ ਲੈ ਕੇ ਵੱਖ ਵੱਖ ਤਰ੍ਹਾਂ ਦੇ ਉਪਰਾਲੇ ਕੀਤੇ ਗਏ ਆ। ਉਹਨਾਂ ਉਪਰਾਲਿਆਂ ਨੂੰ ਤੁਸੀਂ ਬਹੁਤ ਜ਼ਿਆਦਾ ਪਿਆਰ ਬਖਸ਼ਿਆ ਜੀ, ਉਮੀਦ ਕਰਦੇ ਹਾਂ ਇਸ ਉਪਰਾਲੇ ਨੂੰ ਵੀ ਉਹਨਾਂ ਹੀ ਮਾਣ ਸਤਿਕਾਰ ਬਖਸ਼ੋਗੇ। ਜਿਹੜੇ ਜਿਹੜੇ ਵੀਰ ਦਸਤਾਰ ਨੂੰ ਪਿਆਰ ਕਰਦੇ ਆ ਉਹ ਇਸ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਨ ਵੱਧ ਤੋਂ ਵੱਧ, ਤਾਂ ਜੋ ਅਸੀਂ ਪੱਗਾਂ ਵਾਲਾ ਪੰਜਾਬ ਸਿੱਖ ਸਕੀਏ। ਸੋ ਇਕੱਲੇ ਇਕੱਲੇ ਬੰਦੇ ਨੇ ਇਹ ਵੀਡੀਓ ਦੇਖ ਕੇ ਸ਼ੇਅਰ ਕਰਨੀ ਹੈ ਜੀ। ਜਿਹੜੇ ਜਿਹੜੇ ਵੀਰ ਵੀਡੀਓ ਸ਼ੇਅਰ ਕਰਨਗੇ ਉਹਨਾਂ ਦਾ ਵੀ ਧੰਨਵਾਦ, ਦੇਖਣਗੇ ਉਹਨਾਂ ਦਾ ਵੀ ਧੰਨਵਾਦ, ਅਤੇ ਜਿਹੜੇ ਵੀਡੀਓ ਦੇਖਣ ਤੋਂ ਬਾਅਦ ਸ਼ੇਅਰ ਨਹੀਂ ਕਰਨਗੇ ਧੰਨਵਾਦ ਤਾਂ ਉਹਨਾਂ ਦਾ ਵੀ ਕਰਾਂਗੇ ਜੀ, ਪਰ ਜੇ ਨਹੀਂ ਸ਼ੇਅਰ ਕਰਨਗੇ ਤਾਂ ਫਿਰ ਇੱਦਾਂ ਲੱਗੂਗਾ ਜਿਵੇਂ ਇਹ ਦਸਤਾਰ ਦੇ ਨਾਲ ਪਿਆਰ ਨਹੀਂ ਹੈਗਾ। ਸੋ ਬਾਜ ਵੀ ਨਹੀਂ ਮਾਰਿਆ ਜੀ, ਆਪਾਂ ਲੋੜ ਹੀ ਨਹੀਂ ਬਾਜ ਮਾਰਨ ਦੀ ਕਿ ਵੈਸੇ ਹੀ ਸੁਨੱਖਾ ਲੱਗ ਰਿਹਾ ਮੁੰਡਾ। ਸੋ ਤੁਸੀਂ ਵੀਡੀਓ ਦੇਖ ਕੇ ਜ਼ਰੂਰ ਸ਼ੇਅਰ ਕਰਨੀ ਹੈ ਜੀ, ਕਿਵੇਂ ਲੱਗੀ ਇਹ ਵੀ ਜ਼ਰੂਰ ਦੱਸਣਾ। ਜਿਉਂਦੇ ਵਾਸਤੇ ਰਹੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।